ਉਹ ਜੋ ਪ੍ਰੋਮਿਸ ਕੀਤਾ ਸੀ ਉਹ ਅੱਜ ਪੂਰਾ ਹੋ ਜਾ ਰਿਹਾ ਹੈ। ਔਰ ਇਸਦੇ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਤਿਗੁਰ ਦੀ ਓਰ ਤੇ ਆਸਰਾ ਲਿਆ ਹੈ। ਇਸ ਪਰ ਦਾ ਕੋਈ ਭੁੱਖ ਲੋਆ ਤਾਂ ਦਵਾਰ ਨਾ ਫਿਕਾ ਹੋਇਆ, ਇਹ ਸਤਿਗੁਰ ਦੀ ਬਾਣੀ ਹੈ ਕਿ ਜਿਸ ਵੇਲੇ ਫਿਕਾ ਹੋਇਆ ਬਾਪ ਦੇ ਕੰਮ ਰਾਸ ਆ ਜਾਂਦਾ ਹੈ। ਸੋ ਅੱਜ ਸੋਹਣ ਗੁਰੂ ਘਰ ਦੇ ਵਿੱਚ ਪਹਿਲਾਂ ਆਨੰਦ ਸਾਹਿਬ ਦਾ ਪਾਠ ਕੀਤਾ ਜਾਵੇਗਾ, ਫਿਰ ਅਰਦਾਸ ਕੀਤੀ ਜਾਵੇਗੀ, ਫਿਰ ਹੁਕਮਨਾਮਾ ਲਿਆ ਜਾਵੇਗਾ ਤੇ ਦੇਵ ਵਰਤਾਈ ਜਾਵੇਗੀ, ਤਾਂ ਫਿਰ ਮਹਿਮਾਨਾਂ ਨੂੰ ਸਨਮਾਨ ਦਿੱਤਾ ਜਾਵੇਗਾ। ਉਸ ਤੋਂ ਉਪਰੰਤ ਤੇ ਜਾ ਕੇ ਪੰਡਾਲ ਦੇ ਵਿੱਚ ਖੁੱਲ੍ਹੇ ਉੱਥੇ ਜਾ ਕੇ ਸੇਵਾ ਦਾ ਆਰੰਭ ਕਰਨਾ ਹੈ। ਸਰਦਾਰ ਬੇਨਤੀ ਕਰਦਾ ਹੈ ਕਿ ਜਿਹੜੇ ਸਾਡੇ ਵੀਰ ਭਰਾ ਹਲਕੇ ਦੇ ਹਾਲੇ ਨਹੀਂ ਉੱਥੇ ਆਏ ਹਨ, ਅਤੇ ਅਲੱਗ ਅਲੱਗ ਸਮਾਜਕ
ਸਾਰੇ ਸ਼ਖਸੀਅਤਾਂ ਜਿੰਨੀਆਂ ਇੱਥੇ ਇਲਾਕੇ 'ਚ ਆਏ ਹੋਏ ਸਰਪੰਚ ਸਰਪੰਚ ਸਾਹਿਬਾਨ ਜ਼ਿਲ੍ਹਾ ਸਾਹਿਬਾਨ ਸਰਪੰਚ ਸਾਹਿਬਾਨ ਪ੍ਰੈਸ ਵਾਲਾ ਮੀਡੀਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਸੀਂ ਆਪਣਾ ਬਹੁਤ ਕੀਮਤੀ ਟਾਈਮ ਕੱਢ ਕੇ ਆਪਣੀਆਂ ਦੁਕਾਨਾਂ ਕਾਰੋਬਾਰ ਛੱਡ ਕੇ ਹੋਸਪਿਟਲ ਛੱਡ ਕੇ ਫਿਰ ਲੱਗਦਾ ਵੀ ਹੋਰ ਕੰਮ ਕਰਨਾ ਚਾਹੀਦਾ। ਤੁਹਾਡੀ ਥਾਪੀ ਨਾਲ ਤੁਹਾਡੀ ਹੱਲਾ ਸ਼ੁਰੂ ਨਾਲ ਕੰਮ ਕਰਨ ਦੀ ਤਮੰਨਾ ਇੱਛਾ ਜਿਹੜੀ ਆ ਹੋਰ ਹੋਰ ਪੈਦਾ ਹੋ ਜਾਂਦੀ। ਮੈਂ ਤਾਂ ਵਿਸ਼ੇਸ਼ ਰੂਪ ਵਿੱਚ ਤੁਹਾਡਾ ਧੰਨਵਾਦ ਕਰਨੀ ਉੱਠਿਆ ਮੰਚ ਤੇ ਵਿਰਾਜਮਾਨ ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ, ਜਲੰਧਰ ਜ਼ਿਲ੍ਹੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸਰਦਾਰ ਗੁਰਮੀਤ ਸਿੰਘ ਜੀ, ਉਹ ਵੀ ਵਿਸ਼ੇਸ਼ ਰੂਪ ਵਿੱਚ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਵੀ ਇੱਥੇ ਪਹੁੰਚੇ, ਸਾਰੇ ਸਵਾਮੀ ਰਾਮ ਭਾਰਤੀ ਜੀ ਜਿਹੜੇ ਵਿਸ਼ੇਸ਼ ਆਸ਼ੀਰਵਾਦ ਦੇ ਵਾਸਤੇ ਆਏ ਨੇ, ਸ਼੍ਰੀ ਆਪਣੇ ਮਨਜੀਤ ਬਾਲੀ ਜੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਆਏ, ਰਾਜਕੁਮਾਰ ਰਾਜੂ ਜੀ ਜ਼ਿਲ੍ਹਾ ਪ੍ਰਧਾਨ ਉਹ ਵੀ ਪਹੁੰਚੇ, ਅਰੁਣ ਸ਼ਰਮਾ ਜੀ ਉਹ ਵੀ ਆਏ। ਮੈਂ ਦੇਖ ਰਿਹਾ ਯੂਥ ਅਕਾਲੀ ਦਲ ਦੇ ਆਗੂ ਸਨਮਾਨ ਵੀ ਬੈਠੇ ਆ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਆਗੂ ਬੈਠੇ ਆ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਬੈਠੀ ਹੈ। ਸਾਰੀਆਂ ਸਾਡੀਆਂ ਆਦਮਪੁਰ ਦੀਆਂ ਕਲੱਬਾਂ ਅਤੇ ਆਦਮਪੁਰ ਨੂੰ ਮੈਂ ਸਿਟੀ ਆਫ ਕਲੱਬ ਸਮਝਦਾ ਹਾਂ, ਲਾਇਨਸ ਕਲੱਬ, ਰੋਟਰੀ ਕਲੱਬ ਦੇ ਪ੍ਰਧਾਨ, ਜੇ ਸੀ ਕਲੱਬ ਦੇ ਪ੍ਰਧਾਨ, ਜਾਗਰਤੀ ਕਲੱਬ ਦੇ ਪ੍ਰਧਾਨ, ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ, ਭਾਰਤ ਵਿਕਾਸ ਪ੍ਰੀਸ਼ਦ, ਨਵਜੋਤੀ ਵੈਲਫੇਅਰ ਅਤੇ ਡਾਕਟਰ ਐਸੋਸੀਏਸ਼ਨ ਵੀ ਬਣੇ ਆ, ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਾਂ, ਵਪਾਰ ਮੰਡਲ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਾਂ, ਸਪੋਰਟਸ ਕਲੱਬਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂ, ਜਿੰਨੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਗੁਰਦੁਆਰਾ ਸਾਹਿਬ ਮੰਦਰ ਕਮੇਟੀਆਂ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਾਂ। ਅਮੀ ਜੀ ਉੱਪਰ ਅਮੀ ਜੀ ਇੱਕ ਮਿੰਟ ਇੱਥੇ ਰੱਖੋ ਹੱਥ ਲਾਓ, ਕੋਈ ਲਾਓ ਜੀ ਲਾਓ, ਮੰਤਰੀ ਸਾਹਿਬ ਤੁਸੀਂ ਵੀ ਲਾ ਦਿਓ ਹੱਥ ਲਾ ਲਈ ਅੱਜ ਤਕਰੀਬਨ 25 ਸਾਲ ਤੋਂ ਆਦਮਪੁਰ ਵਾਸੀਆਂ ਦੀ ਲਟਕਦੀ ਆ ਰਹੀ ਸੀਵਰੇਜ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ। ਸ਼੍ਰੋਮ
ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਅਤੇ ਅੱਜ ਬਹੁਤ ਹੀ ਖੁਸ਼ੀਆਂ ਦਾ ਮੌਕਾ ਆ। ਬਹੁਤ ਵੱਡਾ ਸਮਾਗਮ ਵੀ ਕੀਤਾ ਆਦਮਪੁਰ ਵਾਸੀਆਂ ਨੇ, ਖੁਸ਼ੀ ਦੀ ਲਹਿਰ ਹੈ ਪੂਰੀ ਆਦਮਪੁਰ 'ਚ। ਮੈਂ ਸਾਰੀ ਕੌਂਸਲ ਦਾ, ਪ੍ਰਧਾਨ ਜੀ ਦਾ, ਕੌਂਸਲਰ ਸਾਹਿਬਾਨ ਦਾ ਅਤੇ ਸਾਰੇ ਅਫਸਰ ਸਾਹਿਬਾਨ ਦਾ ਸਿਰ ਬਹੁਤ ਧੰਨਵਾਦੀ ਹਾਂ। ਅੱਜ ਇਹ ਕੰਮ ਸ਼ੁਭ ਦਿਨ ਆ ਗਿਆ ਜਦੋਂ ਅੱਜ ਸੀਵਰੇਜ ਦਾ ਕੰਮ ਸ਼ੁਰੂ ਹੋਣ ਲੱਗਾ, ਪਾਈਪ ਵੀ ਆ ਗਿਆ, ਠੇਕੇਦਾਰ ਵੀ ਆ ਗਿਆ, ਸਾਰੀ ਲੇਬਰ ਆ ਗਈ ਆ ਅਤੇ ਬਹੁਤ ਚੰਗੀ ਕੰਪਨੀ ਨੂੰ ਕੰਮ ਮਿਲਿਆ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਆ ਅਤੇ ਬਹੁਤ ਚੰਗੇ ਤਰੀਕੇ ਨਾਲ ਸਮੇਂ ਤੋਂ ਪਹਿਲਾਂ ਹੀ ਇਹ ਕੰਮ ਨਿਬੜ ਜਾਏਗਾ ਅਤੇ ਅਸੀਂ ਅਗਲਾ ਫੇਸ ਸ਼ੁਰੂ ਕਰ ਸਕਾਂਗੇ। ਇੱਕ ਵਾਰ ਫਿਰ ਮੈਂ ਪੰਜਾਬ ਸਰਕਾਰ ਦਾ, ਜਿਹੜੀ ਸਰਕਾਰ ਪੂਰੇ ਦੇਸ਼ ਵਿੱਚ ਬਿਜਲੀ 'ਚ, ਪੀਣ ਵਾਲੇ ਪਾਣੀ 'ਚ, ਸੜਕਾਂ 'ਚ, ਐਜੂਕੇਸ਼ਨ 'ਚ ਅਤੇ ਸੀਵਰੇਜ ਵਾਸਤੇ ਜਿਹਦੇ ਕੋਲ ਨੰਬਰ 1 ਪੁਜੀਸ਼ਨ ਹੈ ਪੂਰੇ ਪੰਜਾਬ 'ਚ, ਸਾਡਾ ਸੂਬਾ ਪੰਜਾਬ ਸਾਰੇ ਦੇਸ਼ ਨਾਲੋਂ ਚੰਗਾ ਸੂਬਾ ਹੈ। ਬਿਜਲੀ 'ਚ ਸਰਪਲਸ ਹੈ, ਅਸੀਂ ਚੰਗੀਆਂ ਸੜਕਾਂ ਬਣ ਗਈਆਂ। ਇਹ ਅਗਵਾਈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਆ, ਸਰਦਾਰ ਸੁਖਬੀਰ ਸਿੰਘ ਬਾਦਲ ਕਰਦੇ ਆ, ਮੈਂ ਧੰਨਵਾਦ ਕਰਦਾ। ਸਭ ਤੋਂ ਵੱਡੀ ਪ੍ਰਾਪਤੀ ਸਾਡੀ ਸਰਕਾਰ ਦੀ ਜਿੱਥੇ ਵਿਕਾਸ ਹੈ ਉੱਥੇ ਨਾਲ ਨਾਲ ਭਾਈਚਾਰਕ ਸਾਂਝ ਹੈ, ਜਿਹੜੀ ਪੀਸ ਅਤੇ ਹਾਰਮਨੀ ਕਾਇਮ ਰੱਖੀ ਆਪਣੇ 9 ਸਾਲ ਦੇ ਟਾਈਮ 'ਚ, ਇਹੀ ਅੱਗੇ ਰੱਖੇਗੀ ਅਤੇ ਲੋਕਾਂ 'ਚ ਬੜਾ ਉਤਸ਼ਾਹ ਆ। ਮੈਂ ਧੰਨਵਾਦ ਕਰਦਾ ਸਰਕਾਰ ਦਾ। ITIਆਂ ਵੀ ਸਾਡੇ ਵਿਧਾਨ ਸਭਾ ਹਲਕੇ 'ਚ 2 ਬਣ ਗਈਆਂ, ਉਹ ਦੋਨੇ ਸ਼ੁਰੂ ਹੋ ਗਈਆਂ। ਬਹੁਤ ਬਹੁਤ ਸ਼ੁਕਰੀਆ ਸਾਰੇ ਆਦਮਪੁਰ ਨਿਵਾਸੀਆਂ ਦੀ। ਇਹ ਮੰਗ, ਲੋੜ, ਜ਼ਰੂਰਤ ਜਿਹੜੀ ਆ, ਸੁਪਨਾ ਸੀ ਜਿਹੜਾ ਉਹ ਸਰਕਾਰ ਨੇ ਪੂਰਾ ਕਰ ਦਿੱਤਾ। ਇਹਦੇ ਨਾਲ ਏਅਰਪੋਰਟ ਦੀ ਜਿਹੜੀ ਮੰਗ ਸੀ ਪਬਲਿਕ ਦੀ, ਯੂਥ ਆਗੂ ਸੁਖਵਿੰਦਰ ਸਿੰਘ ਖਾਲਸਾ ਨੇ ਸੀਵਰੇਜ ਪੈਣ ਦੀ ਖੁਸ਼ੀ ਵਿੱਚ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਾਡੀ ਟੀਮ ਨੂੰ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਦਮਪੁਰ ਸ਼ਹਿਰ ਦਾ ਸੀਵਰੇਜ ਦਾ ਉਦਘਾਟਨ ਹੋਇਆ ਔਰ ਇਹ ਉਦਘਾਟਨ ਸਾਡੇ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂ ਜੀ ਦੀ ਅਣਥੱਕ ਮਿਹਨਤ ਤੋਂ ਬਾਅਦ ਜਾ ਕੇ ਇਹ ਜਿਹੜੀ ਉਹਨਾਂ ਦੀ ਮਿਹਨਤ ਅੱਜ ਸਫਲੀ ਹੋਈ ਹੈ। ਕਿਉਂਕਿ ਬੜੇ ਲੰਬੇ ਸਮੇਂ ਤੋਂ ਬੜੀਆਂ ਸਰਕਾਰਾਂ ਆਈਆਂ, ਬੜੇ MLA, ਬੜੇ ਮੰਤਰੀ ਆਏ, ਪਰ ਇਹ ਜਿਹੜੀ ਮੰਗ ਸੀਗੀ ਆਦਮਪੁਰ ਸ਼ਹਿਰ ਵਾਸੀਆਂ ਦੀ ਉਹ ਲਗਾਤਾਰ ਲਟਕਦੀ ਜਾ ਰਹੀ ਸੀ। ਉਹ ਇਹਨਾਂ ਦੀ ਅਣਥਕ ਮਿਹਨਤ ਤੋਂ ਬਾਅਦ ਹੀ ਅੱਜ ਇਹਨੂੰ ਭਾਗ ਲੱਗੇ ਨੇ। ਸੋ ਅੱਜ ਉਹ ਵੱਡਾ ਕੰਮ ਜਿਹੜਾ ਇੱਕ ਸ਼ਹਿਰ ਨੂੰ ਹੋਂਦ 'ਚ ਆਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ, ਸੀਵਰੇਜ ਦਾ, ਸੋ ਅੱਜ ਸੀਵਰੇਜ ਦਾ ਉਦਘਾਟਨ ਹੋਇਆ, ਅੱਜ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅਤੇ ਉਹਦਾ ਸਿਹਰਾ ਜਿਹੜਾ ਆ ਇਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਅਤੇ ਸਾਡੇ ਸੰਸਦੀ ਸਕੱਤਰ ਪਵਨ ਕੁਮਾਰ ਟੀਨੂ ਜੀ ਦੇ ਸਿਰ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ 'ਤੇ ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਸਰਦਾਰ ਹਨਾਮ ਸਿੰਘ ਲਾਲਪੁਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ, ਆਦਮਪੁਰ ਸ਼ਹਿਰ ਦੀ ਮੰਗ ਸੀ ਪਿਛਲੇ 50 ਸਾਲ ਤੋਂ, ਉਹ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਜੋਗ ਰਹਿਨੁਮਾਈ ਥੱਲੇ ਔਰ ਡਿਪਟੀ ਕਮਿਸ਼ਨਰ ਜੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਜੀ ਬਾਦਲ, ਪਾਰਟੀ ਪ੍ਰਧਾਨ ਜੀ ਦੀ ਮੇਹਰ ਸਦਕਾ ਇਹ ਸੀਵਰੇਜ ਟਾਈਮ ਲੱਗਾ। ਉਦੋਂ ਦਾ ਉਦਘਾਟਨ ਜਿਹੜਾ ਅੱਜ ਸ਼੍ਰੀ ਪਵਨ ਕੁਮਾਰ ਜੀ ਟੀਨੂ MLA ਆਦਮਪੁਰ ਹਲਕਾ ਵਿਧਾਇਕ ਦੇ ਅੱਜ ਕੀਤਾ ਹੈ ਔਰ ਪੂਰੀ ਟੀਮ ਉਹਨਾਂ ਦੇ ਨਾਲ ਸੀ। ਪਰ ਮੈਂ ਸਮਝਦਾ ਕਿ ਇਸ ਨਾਲ ਆਦਮਪੁਰ ਦਾ ਬਹੁਤ ਵੱਡਾ ਵਿਕਾਸ ਹੋਵੇਗਾ। ਆਦਮਪੁਰ ਇੱਕ ਬਹੁਤ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਹੋਊਗਾ ਔਰ ਜਿੱਥੇ ਆਦਮਪੁਰ ਦਾ ਏਅਰਪੋਰਟ ਮਨਜ਼ੂਰ ਹੋਇਆ ਉੱਥੇ ਆਦਮਪੁਰ ITI, ਆਦਮਪੁਰ ਹੋਸਪਿਟਲ, ਉੱਥੇ ਸਾਰਾ ਜਿਹੜਾ ਕੰਮ ਆਦਮਪੁਰ ਦਾ ਸ਼੍ਰੀ ਪਵਨ ਕੁਮਾਰ ਦੀ ਟੀਮ ਦੀ ਯੋਗ ਰਹਿਨੁਮਾਈ ਥੱਲੇ ਔਰ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਕਿਰਪਾ ਨਾਲ ਬਹੁਤ ਵੱਡਾ ਉਪਰਾਲਾ ਹੋਇਆ। ਮੈਂ ਸਮਝਦਾ ਕਿ ਸਾਰਾ ਆਦਮਪੁਰ ਵਧਾਈ ਦਾ ਪਾਤਰ ਹੈ ਔਰ ਆਉਣ ਵਾਲੇ ਸਮੇਂ 'ਚ ਆਦਮਪੁਰ ਦੀ ਸਫਾਈ ਔਰ ਆਦਮਪੁਰ ਦੇ ਬਹੁਤ ਵੱਡੇ ਡਿਵੈਲਪਮੈਂਟ ਜਿਹੜੀ ਇੱਥੇ ਹੋਏਗੀ। ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਹਨਾਂ ਕਿ ਪਿਛਲੇ 9 ਸਾਲ ਦੇ ਵਿੱਚ ਬਹੁਤ ਵੱਡੀ ਪੰਜਾਬ 'ਚ ਡਿਵੈਲਪਮੈਂਟ ਕੀਤੀ, ਚਾਹੇ ਸੜਕਾਂ ਦਾ ਕੰਮ ਹੋਵੇ, ਚਾਹੇ ਸਕੂਲਾਂ ਕਾਲਜਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਹੋਵੇ, ਚਾਹੇ ਸਾਰਾ ਕੰਮ ਜਿਹੜਾ ਬਹੁਤ ਵੱਡੇ ਉਪਰਾਲੇ ਕੀਤੇ ਆ। ਅਸੀਂ ਬਾਦਲ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ। 25 ਸਾਲ ਤੋਂ ਲਟਕਦੀ ਹੋਈ ਮੰਗ ਸੀਵਰੇਜ ਦੀ ਜੋ ਸ਼੍ਰੀ ਪਵਨ ਕੁਮਾਰ ਟੀਨੂ ਹਲਕਾ ਵਿਧਾਇਕ ਆਦਮਪੁਰ ਦੇ ਯਤਨਾਂ ਸਦਕਾ ਇਹ ਪੂਰੀ ਹੋਈ ਹੈ। ਅੱਜ ਹਲਕਾ ਵਿਧਾਇਕ ਨੇ ਸਰਕਾਰ ਵੱਲੋਂ ਦਿੱਤੇ ਹੋਏ 31 ਸੀਵਰੇਜ ਦਾ ਕੰਮ ਦਾ ਉਦਘਾਟਨ ਅੱਜ ਆਦਮਪੁਰ ਹਰੀਪੁਰ ਰੋਡ 'ਤੇ ਕੀਤਾ। ਹੁਣ ਆਦਮਪੁਰ ਵਾਸੀਆਂ ਨੂੰ ਇਸ ਗੰਦਗੀ ਤੋਂ ਹਮੇਸ਼ਾ ਲਈ ਨਿਜਾਤ ਮਿਲਣ ਜਾ ਰਹੀ ਹੈ। ਆਦਮਪੁਰ ਤੋਂ ਜਸਵਿੰਦਰ ਦੇ ਨਾਲ ਮੈਂ ਕਰਮਵੀਰ ਸਿੰਘ, ਬੇਦਨਾ ਨਿਊਜ਼ TV, ਆਦਮਪੁਰ ਤੋਂ।